ਸਤਿ ਸ਼੍ਰੀ ਅਕਾਲ ਜੀ। ਅੱਜ ਗੱਲ ਕਰਾਂਗੇ ਨਵਦੀਪ ਸਿੰਘ ਦੀ, ਇੱਕ ਉਹ ਸਟੂਡੈਂਟ ਜਿਹਨੇ ਪਲੱਸ ਟੂ ਦੇ ਵਿੱਚ ICSE ਬੋਰਡ ਤੋਂ ਮੋਰ ਦੈਨ 80% ਮਾਰਕ ਸਕੋਰ ਕੀਤੇ, ਆਇਲਟਸ ਦਾ ਪੇਪਰ ਦਿੱਤਾ, 6.5 ਬੈਡ ਲੈ ਲਏ, ਕੈਨੇਡਾ ਦਾ ਸਟੂਡੈਂਟ ਵੀਜ਼ਾ ਅਪਲਾਈ ਕੀਤਾ, ਦੋ ਵਾਰੀ ਰਿਫਿਊਜ਼ਲਸ ਫੇਸ ਕਰਨੀ ਪਈ। ਮਾਰਕਸ ਤੁਸੀਂ ਦੇਖ ਸਕਦੇ ਹੋ ਆਇਲਟਸ ਦਾ 6.5 ਬੈਡ, ਸਕੋਰ ਤੁਸੀਂ ਦੇਖ ਸਕਦੇ ਹੋ, ਆ ਦੋ ਰਿਫਿਊਜ਼ਲਸ ਦੇਖ ਸਕਦੇ ਹੋ ਜਿਹਦੇ ਉੱਤੇ ਇੱਕ 'ਤੇ ਡੇਟ ਹੈਗੀ ਆ 16 ਅਗਸਤ, ਦੂਸਰੀ ਦੇ ਉੱਤੇ ਡੇਟ ਨਹੀਂ ਹੈਗੀ। ਸੋ ਬਿਫੋਰ ਦੈਟ ਔਰ ਆਫਟਰ ਦੈਟ ਇਹ ਵੀਜ਼ਾ ਰਿਫਿਊਜ਼ ਹੋਇਆ। ਸੋ ਇੱਕ 40% 50% ਵਾਲਾ ਸਟੂਡੈਂਟ ਜਾਂ ਓਵਰਆਲ 5.5 ਬੈਂਡ ਵਾਲਾ ਸਟੂਡੈਂਟ ਤਾਂ ਸ਼ਾਇਦ ਕਿਤੇ ਸੋਚਦਾ ਕਿ ਮੇਰਾ ਵੀਜ਼ਾ ਰਿਫਿਊਜ਼ ਹੋ ਸਕਦਾ, 85% ਨੰਬਰ ਔਰ 6.5 ਬੈਂਡ ਵਾਲੇ ਸਟੂਡੈਂਟ ਨੇ ਕਦੀ ਵੀ ਨਹੀਂ ਸੋਚਿਆ ਹੁੰਦਾ ਕਿ ਮੇਰਾ ਵੀਜ਼ਾ ਵੀ ਰਿਫਿਊਜ਼ ਹੋ ਸਕਦਾ। ਸੋ ਇੱਕ ਬਹੁਤ ਨਾਮੀ ਕੰਪਨੀ ਪੰਜਾਬ ਤੋਂ, ਉਹਦੇ ਤੋਂ 2 ਵਾਰੀ ਵੀਜ਼ਾ ਅਪਲਾਈ ਕਰਕੇ ਵੀਜ਼ਾ ਗ੍ਰਾਂਟ ਨਹੀਂ ਹੋਇਆ। ਰਿਫਿਊਜ਼ਲ ਲੈਟਰ ਲੈ ਕੇ ਜਦੋਂ ਸਟੂਡੈਂਟ ਸਾਡੇ ਕੋਲ ਪਹੁੰਚਿਆ, ਸਾਰੀ ਡਾਕੂਮੈਂਟੇਸ਼ਨ ਦੇਖੇਗੀ, ਕਿਹੜੇ ਕਾਲਜ ਕਿਹੜੇ ਕੋਰਸ ਦੇ ਵਿੱਚ ਇਹਨੂੰ ਪਾਇਆ ਸੀਗਾ, ਕਿਤੇ ਨਾ ਕਿਤੇ ਇੱਕ ਲੂਜ਼ ਥਰੈਡ ਛੱਡਿਆ ਗਿਆ, ਕੋਰਸ ਦੀ ਸਿਲੈਕਸ਼ਨ ਠੀਕ ਤਰੀਕੇ ਦੇ ਨਾਲ ਨਹੀਂ ਕੀਤੀ ਗਈ, ਜਿਹਦੇ ਕਰਕੇ 2 ਵਾਰੀ ਵੀਜ਼ਾ ਰਿਫਿਊਜ਼ ਹੋਇਆ। ਕੀ ਬੀਤਦੀ ਹੈ ਵੀਜ਼ਾ ਰਿਫਿਊਜ਼ ਹੋਣ 'ਤੇ, ਇਹ ਸ਼ਾਇਦ ਤੁਹਾਡੇ 'ਚੋਂ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਊਗਾ, ਖਾਸ ਕਰ ਜਦੋਂ ਇੱਦਾਂ ਦੇ ਪ੍ਰੋਫਾਈਲ ਦੇ ਉੱਤੇ ਵੀਜ਼ਾ ਰਿਫਿਊਜ਼ ਹੁੰਦਾ। ਸੋ ਦੁਬਾਰਾ ਇੱਕ ਚੰਗਾ ਕੋਰਸ, ਇੱਕ ਰਿਲੇਟਡ ਕੋਰਸ, ਇੱਕ ਇਸ ਕਾਲਜ ਦੇ ਵਿੱਚ ਜਿੱਥੇ ਉਸ ਪ੍ਰੋਫਾਈਲ ਦੀ ਕੋਈ ਮੈਚਿੰਗ ਹੋਏ, ਉਹਦੇ ਵਿੱਚ ਐਡਮਿਸ਼ਨ ਲੈ ਕੇ ਵੀਜ਼ਾ ਅਪਲਾਈ ਕੀਤਾ ਗਿਆ, ਵੀਜ਼ਾ ਤੁਹਾਡੇ ਸਾਹਮਣੇ ਹੈ। ਸੋ ਅਲਟੀਮੇਟਲੀ ਇੱਕ ਇਹ ਭਰਮ ਕਿ ਜੀ ਵੀਜ਼ਾ ਰਿਫਿਊਜ਼ ਹੋ ਗਿਆ ਦੁਬਾਰਾ ਨਹੀਂ ਲੱਗਦਾ, ਉਹਦਾ ਕੋਈ ਹੱਲ ਨਹੀਂ ਹੈਗਾ। ਜਦੋਂ ਵੀਜ਼ਾ ਰਿਫਿਊਜ਼ ਹੋ ਜਾਂਦਾ, ਤੁਸੀਂ ਦੁਬਾਰਾ ਜਿੰਨੀ ਵਾਰੀ ਮਰਜ਼ੀ ਰੀਅਪਲਾਈ ਕਰ ਸਕਦੇ ਹੋ, ਕਿਤੇ ਨਾ ਕਿਤੇ ਕੋਈ ਗਲਤੀ ਪ੍ਰੋਫਾਈਲ ਦੇ ਵਿੱਚ ਹੁੰਦੀ ਹੈ, ਕਿਤੇ ਨਾ ਕਿਤੇ ਕੋਈ ਚੀਜ਼ ਵੀਜ਼ਾ ਆਫੀਸਰ ਨੂੰ ਸਮਝ ਨਹੀਂ ਲੱਗਦੀ ਜਾਂ ਤੁਸੀਂ ਸਮਝਾਉਣ 'ਚ ਨਾ ਕਾਮਯਾਬ ਹੁੰਦੇ ਹੋ, ਜਿਹਦੇ ਕਰਕੇ ਰਿਫਿਊਜ਼ਲ ਫੇਸ ਕਰਨੀ ਪੈਂਦੀ ਹੈ। ਚੰਗੇ ਤਰੀਕੇ ਨਾਲ ਫਾਈਲ ਲੌਜ ਕੀਤੀ ਹੋਏ, ਚੰਗਾ ਕਾਲਜ, ਚੰਗਾ ਕੋਰਸ ਲਿੱਤਾ ਹੋਏ, ਵੀਜ਼ਾ ਰਿਫਿਊਜ਼ਲ ਦੇ ਚਾਂਸਿਸ ਬਹੁਤ ਜ਼ਿਆਦਾ ਘੱਟ ਜਾਂਦੇ। ਔਰ ਚੰਗੀ ਗੱਲ ਕੀ ਹੈ ਕਿ 2 ਰਿਫਿਊਜ਼ਲ ਤੋਂ ਬਾਅਦ ਵੀ, 2 ਰਿਫਿਊਜ਼ਲਸ ਹੋਣ ਦੇ ਬਾਵਜੂਦ ਨਵਦੀਪ ਨੇ ਜਿਹੜੇ ਪੈਸੇ ਦਿੱਤੇ ਉਹ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਦਿੱਤੇ। ਬਹੁਤ ਸਾਰੇ ਕੰਸਲਟੈਂਟਸ ਇਸ ਪਾਸਿਓਂ ਰਿਸਕ ਨਹੀਂ ਲੈਣਗੇ ਕਿ ਯਾਰ 2 ਵਾਰੀ ਤਾਂ ਆਲਰੇਡੀ ਰਿਫਿਊਜ਼ ਆ, ਹੁਣ ਮੈਂ ਇਹਦੇ 'ਚੋਂ ਕੀ ਕੱਢ ਲੈਣਾ, ਦੁਬਾਰਾ ਪਾਊਂਗਾ ਫਿਰ ਰਿਫਿਊਜ਼ ਹੀ ਹੋਣਾ, ਮੈਂ ਅੰਬੈਸੀ ਫੀਸ ਦੇ 10-15 ਹਜ਼ਾਰ ਖਰਾਬ ਕਰਾਂ ਜਾਂ ਟਿਊਸ਼ਨ ਫੀਸ ਦੇ ਪੈਸੇ ਖਰਾਬ ਕਰਾਂ। ਸੋ ਪ੍ਰੋਸੈਸਿੰਗ ਫੀਸਾਂ ਲੈ ਕੇ ਇਹਦਾ ਵੀਜ਼ਾ ਅਪਲਾਈ ਕਰਨ ਵਾਲੇ ਤੁਹਾਨੂੰ ਬਥੇਰੇ ਮਿਲੇ, ਪਰ 2 ਰਿਫਿਊਜ਼ਲਾਂ ਤੋਂ ਬਾਅਦ ਪੈਸੇ ਲਾ ਕੇ ਅਪਲਾਈ ਕਰਨ ਵਾਲਾ ਸ਼ਾਇਦ ਕੋਈ ਨਹੀਂ ਮਿਲਿਆ। ਸੋ ਜੇ ਤੁਹਾਡਾ ਵੀ ਵੀਜ਼ਾ ਰਿਫਿਊਜ਼ ਹੈ, ਕਿਸੇ ਵੀ ਕਾਰਨ ਰਿਫਿਊਜ਼ ਹੈ, ਡਾਕੂਮੈਂਟ ਚੱਕੋ, ਰਿਫਿਊਜ਼ਲ ਲੈਟਰ ਚੱਕੋ, ਲੈਟ ਅਸ ਡਿਸਾਈਡ ਕਿ ਕੀ ਤੁਹਾਡਾ ਵੀਜ਼ਾ ਰੀਅਪਲਾਈ ਹੋ ਸਕਦਾ। ਜੇ ਅਪਲਾਈ ਕਰਾਂਗੇ, ਪੈਸੇ ਉਦੋਂ ਲਵਾਂਗੇ ਜਦੋਂ ਵੀਜ਼ਾ ਲੱਗ ਜਾਏਗਾ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।